इनाम दिसंदड़िया दुर्मत वंजय मित्र असाडड़े से हाँ टूड हिंदी जग सवाया जन नानक विरले के जुग हो जुग अटल चवर शतर तखत दे मालिक तन तन साहिब सतगुरु श्री गुरु ग्रंथ साहिब महाराज सच्चे पातशाह जी दे पवित्र दरबार विच परम पूज्या महापुरख श्री मान संत बाबा जीत सिंह जी तिना महापुरखां दी प्यारी याद विच जुड़ बैठी साध संगत जीओ बड़े प्यार सहित गुरु प्यारे कीर्तनीए आप जी नू आपो अपनी वारी सतगुरां दी अमृतमय बाणी का कीर्तन श्रवण करवा रहे सन क्योंकि सारे जथे और सब संगतां जिन्हें भी इस दरबार विच पहुंचते हैं सारे बाबा जी दे अति प्यार सदका जिहड़े कि बहुत ही प्यार करते ने संगत नाल जथिया नाल बुलारिया नाल उन्होंने प्यार करके सारे पहुंचते ने उन्होंने कीर्तन हाली होर जथिया ने भी करना है कुछ मिनट हुक्म होया आप जी के दर्शन दीदारे करन दा कुछ कहन तो पहला सारे गुरफतेह की सांझ पाओ गज के आखो जी वाहिगुरु जी का खालसा वाहिगुरु जी की फतेह। सतगुरां ने अपनी पवित्र बाणी विच सतपुरशां बारे उन्हां रबी दरबार विच्चों वरसाईयां हुईयां रूहां बारे बहुत प्यारे बचन कहे ने। सतगुरां ने कहा उन्हां नूं किस नाल तोलिया जाए किस चीज नाल तशबीह दित्ती जाए किहड़ी चीज सामने रख के कहिए कि वह इस वर्गे ने क्योंकि दुनिया की कोई भी ऐसी चीज ऐसा पदार्थ ऐसी वस्तु नहीं है जिहड़ी उन्हां सतपुरशां की शखियत का नाम नाल वरसाए हुए पुरखां की शखियत का नाल मेल खांदी होवे व्याख्या करदी होवे। अखीर विच उन्होंने वचन यही कहे भी जिन्हां नूं प्रभु तेरा नाम नहीं भुलदा मैं उन्हां नूं की कहां जिन्हां ना विसरै नाम से किनेहिया आप ही जवाब देंदे ने भी भेद ना जाणो मूल साईं जिहिया जिन्हां नूं तेरा नाम नहीं भुलदा ऐ वाहिगुरु वह तेरे वर्गे ने उन्हां विच ते तेरे विच रंचक मात्र भी फर्क नहीं। जिन्हां प्यारियां दी याद विच गुरु के सवार जुड़े हां सचमुच इस दरबार विच जदों आउने हां ते अंदर दा टिकाव मन दी शांति बिल्कुल शांत वातावरण गुरु के सवार सानू यह प्रेरणा देंदा कि अंदर बंदे नूं अपने झाकण दी जरूरत है अकागर होण दी लोड़ है शब्द नाल सांझ पाण दी जरूरत है ज्यों ज्यों शब्द नाल सांझ पैगी शब्द अपने वर्गी शांति अपने वर्गा आनंद अपना रूप ही ये नाम शब्द उस जीव नूं बना लवे। सतपुरखां ने नाम दी कमाई कीती
ਬਾਣੀ ਵਿੱਚ ਸਾਹਿਬ ਨੇ ਬਚਨ ਕੀਤਾ ਵੀ ਹਾਂ ਕੁਰਬਾਨੇ ਜਾਊਂ ਮਿਹਰਬਾਨਾ, ਹਾਂ ਕੁਰਬਾਨੇ ਜਾਊਂ, ਹਾਂ ਕੁਰਬਾਨੇ ਜਾਊਂ, ਤਨਾ ਕਹਿ ਲੈਣ ਜੋ ਤੇਰਾ ਨਾਮ। ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਵਰਗਾ ਦੂਸਰਾ ਹੋਰ ਕੋਈ ਨਹੀਂ। ਲੈਣ ਜੋ ਤੇਰਾ ਨਾਂ ਤਿਨਾ ਕਹਿ ਹਾਂ ਸਦ ਕੁਰਬਾਨੇ ਜਾਊਂ, ਐ ਪ੍ਰਭੂ ਜਿਹੜੇ ਤੇਰੇ ਨਾਮ ਵਿੱਚ ਹਮੇਸ਼ਾ ਹੀ ਲਵਰੇਜ਼ ਰਹਿੰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਕਿਉਂਕਿ ਇਸ ਸਮੇਂ ਵਿੱਚ ਜਿੱਥੇ ਕਿ ਮਨ ਨੂੰ ਆਕਰਸ਼ਿਤ ਕਰਨ ਦੇ ਨਾਨਾ ਪ੍ਰਕਾਰ ਦੇ ਗੁਰੂ ਕੇ ਸਵਾਰਿਓ ਚਾਰ ਸਫੇਰੇ ਦਾ ਮਾਹੌਲ ਹੈ, ਚਾਰ ਸਫੇਰੇ ਦਾ ਸੰਸਾਰ ਦੀ ਇੱਕ ਬਣਤਰ ਬਣੀ ਹੈ, ਉਸ ਵਿੱਚ ਕੋਈ ਹਰਿਆ ਬੂਟ ਰਹਿਓ ਦੀ ਕਰਾਮਾਤ ਹੀ ਵਾਪਰਦੀ ਹੈ। ਜਿਹਦੇ ਤੇ ਮਾਲਕ ਕਿਰਪਾ ਕਰੇ ਉਹਨੂੰ ਆਪਣੇ ਅੰਦਰ ਝਾਕਣ ਦਾ, ਉਹਨੂੰ ਆਪਣੇ ਅੰਦਰ ਜੁੜਨ ਦਾ ਸ਼ਬਦ ਨਾਲ ਗੁਰੂ ਕੇ ਸਵਾਰੂ ਬਖਸ਼ਿਸ਼ ਕਰਦਾ, ਕਿਰਪਾ ਕਰਦਾ। ਪਦਾਰਥ ਦੁਨੀਆਂ ਦੇ ਤਾਂ ਹਰ ਕੋਈ ਪਰਾ ਲਬਧ ਆਪਣੀ ਲੈ ਕੇ ਆਉਂਦਾ ਹੈ, ਇੱਥੇ ਵੀ ਮਾਲਕ ਜੋ ਕੋਈ ਉਹਦੇ ਚਰਨਾਂ ਵਿੱਚ ਅਰਦਾਸ ਕਰਦਾ ਉਸਨੂੰ ਦਿੰਦਾ ਹੈ। ਪਦਾਰਥ ਦਾ ਤਾਂ ਸਭ ਕੋਲ ਹਨ, ਕਿਸੇ ਕੋਲ ਘੱਟ, ਕਿਸੇ ਕੋਲ ਵੱਧ, ਕਿਸੇ ਕੋਲ ਥੋੜਾ, ਕਿਸੇ ਕੋਲ ਬਹੁਤਾ, ਪਰ ਚੇਤੇ ਰੱਖਿਓ ਪਰਮਾਰਥ ਕਿਸੇ ਵਿਰਵੇ ਕੋਲ। ਨਾਮ ਕਿਸੇ ਵਿਰਲੇ ਕੋਲ ਜਿਹਦੇ ਅੰਦਰ ਹਿਰਦੇ ਵਿੱਚ ਟਿਕਿਆ ਔਰ ਜਿਹਦੀ ਪ੍ਰਵਾਨਗੀ ਉਸ ਮਾਲਕ ਦੇ ਦਰਬਾਰ ਵਿੱਚ ਹੋ ਗਈ। ਸਤਿਪੁਰਖਾਂ ਦਾ ਜੀਵਨ ਸਾਨੂੰ ਗੁਰੂ ਕੇ ਸਵਾਰੋ ਇਹ ਪ੍ਰੇਰਨਾ ਦਿੰਦਾ ਹੈ, ਇਹ ਸਿੱਖਿਆ ਦਿੰਦਾ ਹੈ ਕਿ ਆਪਣੇ ਮਨ ਦੀ ਕਲਪਨਾ ਛੱਡ, ਆਪਣੇ ਮਨ ਦੇ ਫੁਰਨੇ ਛੱਡ, ਤੂੰ ਬਾਹਰਮੁਖੀ ਹੋਣਾ ਛੱਡ ਕੇ ਅੰਤਰਮੁਖ ਹੋ, ਸ਼ਬਦ ਨਾਲ ਆਪਣੀ ਸਾਂਝ ਬਣਾ, ਸ਼ਬਦ ਵਿੱਚ ਨਾਮ ਵਿੱਚ ਆਪਣੇ ਆਪ ਨੂੰ ਜੋੜ, ਵੇਖੀ ਫਿਰ ਇਸ ਦਾ ਕੀ ਆਨੰਦ ਬਣਦਾ ਹੈ। ਬੜੀਆਂ ਬੜੀਆਂ ਰੂਹ ਜੁੜੀਆਂ ਰੂਹਾਂ ਇਸ ਦਰਬਾਰ ਵਿੱਚ, ਕੋਈ ਦੂਸਰੀ ਗੱਲ ਹੀ ਹੋਰ ਹੈ ਨਹੀਂ, ਦੇਸ਼ਾਂ ਪ੍ਰਦੇਸ਼ਾਂ ਤੋਂ ਆਪ ਜੀ ਸਾਰੇ ਆਏ ਹੋ ਔਰ ਸਾਰੇ ਸਤਿਗੁਰਾਂ ਦੀ ਮਿਹਰ ਦਾ ਪਾਤਰ ਬਣਦਿਆਂ ਬਾਬਾ ਜੀ ਦੇ ਪਿਆਰ ਸਦਕਾ ਵੀ ਅੰਦਰ ਦਾ ਸਵਾਦ ਕਿਧਰੇ ਨਾ ਕਿਧਰੇ ਉਸ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਜਿਨ੍ਹਾਂ ਵੀ ਕਿਸੇ ਦੇ ਭਾਗਾਂ ਵਿੱਚ ਬਖਸ਼ਿਸ਼ ਕੀਤਾ ਹੈ ਔਰ ਕਿਰਪਾ ਕਰਦੇ ਨੇ ਉਹਦੇ ਹਿਸਾਬ ਨਾਲ ਸਾਰੇ ਆਪ ਜੀ ਪ੍ਰੇਮ ਕਰਦੇ। ਭਾਵੇਂ ਗੁਰੂ ਕੇ ਸਵਾਰੋ ਇਸ ਦਰਬਾਰ ਵਿੱਚ ਇਹਨੀ ਨਿਰਮਾਨਤਾ ਦਾ ਪ੍ਰਗਟਾਵਾ ਹੈ, ਪ੍ਰਗਟਾਵਾ ਹੀ ਨਹੀਂ ਇਕੱਲਾ, ਕੇਵਲ ਉਹ ਸੱਚਾਈ ਹੈ ਕਿ ਬਾਬਾ ਜੀ ਨੇ ਆਪਣਾ ਨਾਮ ਤੱਕ ਵੀ ਕੋਈ ਜ਼ਿਕਰ ਹੋਣ ਦਾ ਸਵਾਲ ਹੀ ਨਹੀਂ ਕਦੇ ਹੁੰਦਾ, ਪਰ ਫਿਰ ਵੀ ਜਦੋਂ ਗੁਰੂ ਕੇ ਸਵਾਰੂ ਸਭ ਕੁਝ ਅੱਖਾਂ ਨਾਲ ਦੇਖਦੇ ਆ, ਉਹਨਾਂ ਦਾ ਪਿਆਰ ਮਾਣਦੇ ਆ ਉਹਨਾਂ ਦਾ, ਤਾਂ ਵਧੋ ਵਧੀ ਉਸ ਮਹਾਨ ਪੁਰਖ ਦਾ, ਭਾਵੇਂ ਉਹ ਆਪ ਅਸੀਂ ਤੁਸਾਂ ਸਾਰਿਆਂ ਨੇ ਉਹਨਾਂ ਦੇ ਬੜੀ ਬੜੀ ਸੰਗਤ ਕੀਤੀ ਆਪ ਜੀ ਕਰਦੇ ਹੋ, ਆਪਣੇ ਬੋਲ ਉਹਨਾਂ ਦੀ ਕਿੰਨੀ ਨਿਮਰਤਾ ਭਰਪੂਰ ਨੇ, ਪਰ ਸਾਨੂੰ ਉਹ ਪ੍ਰੇਰਨਾ ਅਸੀਂ ਉਹਨਾਂ ਤੋਂ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਇਹ ਪਤਾ ਚੱਲਦਾ ਕਿ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਦੁਨੀਆਂ ਦੇ ਨੂੰ ਜਿਉਣ ਵਾਲੇ ਤੇਰੇ ਪਿਆਰੇ ਕੀ ਹੋ ਜਾਏ। ਸਾਡੇ ਭਾਗ ਅਸੀਂ ਮੰਗਦੇ ਹਾਂ ਧੋੜੀ ਐਸੇ ਗੁਰਸਿੱਖਾਂ ਦੀ, ਗੁਰਮੁਖਾਂ ਦੀ, ਸਤਿਪੁਰਸ਼ਾਂ ਦੀ, ਔਰ ਸਿੱਖ ਰੋਜ਼ ਵੈਸੇ ਅਰਦਾਸ ਵੀ ਕਰਦਾ ਹੈ,
सही प्यारे मेहर जिन्हां मिलिया तेरा नाम चित आवे। अरदास हर वेले सिख करदा है, पर भागा वाले ने जिन्हां नूं मिल पैंदे ने, जिन्हां नाल जिन्हां नूं अपना बना लैंदे ने, जिन्हां नूं अपनी संगत विच बिठा लैंदे ने। मेरे परम पूजा महापुरुष श्रीमान सचखंड वासी संत बाबा सुच्चा सिंह जी, उन्होंने भजन करने जपन वाले बहुत ने, उन्हां तो चंगे जिहड़े कदी जपन लई तैयार नहीं, जां जिहड़े इस पासे नहीं पर वसे वाले, जिन्हां दे अंदर रब वसा दिंदा है, भागां वाले होर वड्डे भागां वाले, वो उन्हां तो अगे, क्योंकि परमार्थी दुनिया विच भी गुरु के सवारो जिन्ना चिर साधु की संगत नहीं है, उन्हां चिर इस रस्ते ते भी तरक्की नहीं है, इस रस्ते ते भी बंदा चल नहीं सकता। साधु की गुरु की बख्शिश ते साधु की संगत ही मंजन ते पहुंचाउंदी। ताही तां असी देखो गुरु साहब जी की कैसी बड़ाई, उन्होंने बचन कहने भी जे को बचन कमावे संतन का सो गुर प्रसादी करी। बचन संत दा कमा, साधु दा कमा, जिन्हें कमाई की है कृपा गुरु दी होवेगी। इस तरह भाव सागर तो तेरा जीवन जेड़ा है वह पार हो जाएगा। ते गुरु साहब जी ने वार वार आत्मक उसारी वास्ते, आत्मक जीवन प्राप्त करने वास्ते बंदे नु किया है, सजना नानक कचड़िया से तोड़ ढूंढ सज्जन संत पक्के, उन्हां तो तोड़ जिहड़े कच्चे ने, जिन मन होर मुख होर से कांडे कच्चिया, उन्हां दा जिक्र कीता, नानक कचड़िया सो तोड़ ढूंढ सज्जन संत पक्या, कहिंदे ओए जे बंदे विछड़े वो मोया ना जाही छो। कच्चे तो जौंदिया ही धोखा दे जांदे ने, पर जिहड़े पक्के ने, जिहड़े उहदे दस दर ते प्रवान हो चुके ने, वो तेनों कदी तेरा शरीर छड़न तो बाद भी कदी तेनों छड़नगे, क्योंकि धर्म विश्वास ते भरोसे ते। इत्थे तर्क की गल, विज्ञान की गल, दूजी तीजी गल इत्थे ओ नहीं चलती। इत्थे तो झोली अड़ के बस ना कुछ होने की लोड़ है, जे ना कुछ हो गया गुरु ने उन्होंने सब कुछ बना दिया। ताई ते असीं बचन पढ़ते हैं, ना चीजियां चीज करे मेरा गोविंद, ना चीजियां नूं चीज बनाउंदा है, जिहड़े पहले ही चीज बन के आउण। इत्थे तां झोली फलाणी है, निम्रता नाल प्यार नाल पातशाह कृपा करो बख्शिश करो, तुहाडे दरबार विच आया पदार्थ ते अपनी परा लभद नाल मैं भोग ही जाने ने, जिन्हें को सवास ने शरीर उहदे नाल चल ही पैणा, कृपा करो जे शरीर बख्शिया जे नाम बख्शो। भाई भिखारी जी नूं ये वचन असी इतिहास विचों पढ़दे हां, जदों भाई गुरमुख ने कहा सी तैनूं पता तेरे बच्चे ने चढ़ाई कर जाना सी, दा व्याह क्यों कीता, कहिंदे इह वी उहदा हुकम। अगला वचन क्या, तू वड्डी उम्र दी दात गुरु तो क्यों ना मंग ली, उसने जवाब दिता उस सिख ने, वड्डी उम्र ने एक दिन मुकना ही सी, एक दिन उसने भी समाप्त हो जाना सी। वड्डे गुरु के चरणा विच जुड़िए ते आखिया सी गुरमुखा, गुरु ते मंगिए नाम खुदाए, जो परलोक में होए सहाय। गुरु तो जे मंगिए
ਤੇ ਖੁਦਾ ਦਾ ਨਾਮ ਮੰਗੀ। ਰੋਜ਼ ਸਿੱਖ ਅਰਦਾਸ ਕਰਦਾ ਹੈ, ਸਤਿਗੁਰੂ ਦਾਨ ਬਖਸ਼ੀ, ਕੇਸ ਵੀ ਬਖਸ਼, ਰਹਿਤ ਵੀ ਬਖਸ਼, ਵਿਸਾ ਵੀ ਬਖਸ਼, ਭਰੋਸਾ ਵੀ ਬਖਸ਼, ਪਰ ਦਾਨਾ ਸਰਦਾਨ ਨਾਮ ਦਾਨ। ਇਹ ਨਾਮ ਦਾਨ ਮੇਰੀ ਝੋਲੀ ਵਿੱਚ ਪਏ ਕਿਉਂਕਿ ਨਾਮ ਤੋਂ ਹੀ ਸਭ ਕੁਛ ਬਣਿਆ ਹੈ। ਤੇ ਜਿੰਨਾ ਚਿਰ ਬੰਦਾ ਨਾਮ ਵਿੱਚ ਜਪ ਕੇ ਨਾਮ ਵਿੱਚ ਨਹੀਂ ਸਮਾਉਂਦਾ ਉਹਨਾਂ ਚਿਰ ਜੀਵਨ ਨੂੰ ਟਿਕਾ ਨਹੀਂ। ਜੀਵਨ ਉਹਨਾਂ ਚਿਰ ਸ਼ਾਂਤ ਨਹੀਂ। ਇਸ ਕਰਕੇ ਗੁਰੂ ਕੇ ਸਵਾਲ ਸਤਿਪੁਰਖਾਂ ਦੀ ਬੜੀ ਵੱਡੀਆਂ ਕਮਾਈਆਂ ਹੁੰਦੀਆਂ ਨੇ। ਤੇ ਸਿਆਣੇ ਲੋਕ ਕਹਿੰਦੇ ਨੇ ਆਪਣੀ ਨਾ ਹੋਵੇ ਤੇ ਵੱਡਿਆਂ ਦਾ ਸਹਾਰਾ ਲੈ ਲੈਣਾ ਚਾਹੀਦਾ। ਬੇਲ ਕੰਧ ਦੇ ਸਹਾਰੇ ਨਾਲ, ਕਿਸੇ ਸਹਾਰੇ ਨਾਲ ਬੜੀ ਉੱਚੀ ਹੋ ਜਾਂਦੀ ਹੈ। ਤੇ ਮਨੁੱਖੀ ਬਣਾ, ਜੇ ਤੂੰ ਆਪ ਖਾਲੀ ਹੈ ਤੇ ਉਹਨਾਂ ਭਰਿਆਂ ਦਾ ਸਹਾਰਾ ਲੈ ਲਈ, ਉਹ ਭਰੇ ਇੱਕ ਦਿਨ ਤੈਨੂੰ ਭਰ ਦੇਣ। ਗੁਰੂ ਮੇਹਰ ਕਰੇ, ਕਿਉਂਕਿ ਇੱਥੇ ਗੁਰੂ ਕੇ ਸਵਾਰੇ ਕੁਝ ਸੁਣਾਉਣ ਵਾਸਤੇ ਤਾਂ ਕਦੀ ਆਉਂਦੇ ਨਹੀਂ, ਕਿਉਂਕਿ ਇੱਥੋਂ ਤਾਂ ਸਿੱਖਣ ਵਾਸਤੇ, ਕਿਉਂਕਿ ਬਾਬਾ ਜੀ ਦਾ ਪਿਆਰ ਸਾਡੇ ਸਾਰਿਆਂ ਵਾਸਤੇ ਇੱਕੋ ਜਿਹਾ, ਹਰ ਇੱਕ ਨੂੰ, ਹਰ ਕੋਈ ਇਹ ਹੀ ਕਹਿੰਦਾ ਕਿ ਬਾਬਾ ਜੀ ਮੇਰੇ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੇ ਨੇ। ਇਹ ਸੱਚਾਈ ਹੈ, ਹਰ ਇੱਕ ਨਾਲ ਪਿਆਰ ਕਰਦੇ ਨੇ, ਹਰ ਇੱਕ ਨੂੰ ਮੁਹੱਬਤ ਕਰਦੇ ਨੇ। ਇੱਕ ਬੇਨਤੀ ਕਰਕੇ ਸਮਾਪਤੀ ਕਰਾਂ। ਪਿਛਲੀ ਵਾਰੀ ਹੜ੍ਹ ਆਏ ਤੇ ਮਹਾਂਪੁਰਖਾਂ ਦੀ ਬਰਸੀ ਤੇ ਚਿੱਠੀ ਪੱਤਰ ਦੇਣ ਲਈ ਸਿੰਘ ਨਾ ਪਹੁੰਚ ਸਕੇ ਤਾਂ ਬਾਬਾ ਜੀ ਨੇ, ਬਰਸੀ ਵਾਲੇ ਦਿਨ ਸਿੰਘ ਨੇ ਫੋਨ ਕੀਤਾ, ਐਤਕੀ ਕੁਛ ਸਿੰਘ ਆਇਆ ਹੀ ਨਹੀਂ। ਮੈਂ ਕਿਹਾ ਮਹਾਂਪੁਰਸ਼ਾਂ ਨੂੰ ਮੇਰੇ ਵੱਲੋਂ ਖਿਮਾ ਮੰਗ ਲੈਣੀ ਕਿ ਬਾਬਾ ਜੀ ਖਿਮਾ ਕਰਦੇ ਰਹਿਣ, ਅਸੀਂ ਤੁਹਾਡੀ ਅਸੀਸ ਲੈਣ ਵਾਸਤੇ ਹਰ ਵੇਲੇ ਸਾਡਾ ਸੀਸ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ। ਸਾਡੀ ਵੱਡੀ ਗਲਤੀ ਹੈ ਸਿੰਘ, ਕਹਿੰਦੇ ਇੱਧਰ ਪਾਣੀ ਭਰਿਆ ਹੋਇਆ ਅੱਜ ਜਾਂ ਕੱਲ੍ਹ, ਬਸ ਧਿਆਨ ਵਿੱਚੋਂ ਗੱਲ ਨਿਕਲ ਗਈ। ਬਾਬਾ ਜੀ ਇੰਨਾ ਪਿਆਰ ਹਰ ਇੱਕ ਵਾਰੀ ਅਸਥਾਨ 'ਤੇ ਗੁਰੂ ਕੇ ਸਵਾਰੋ ਆਪ ਅਸੀਸ ਦੇਣ ਵਾਸਤੇ ਜਾਂਦੇ ਨੇ, ਅਤੇ ਪ੍ਰੇਮ ਨਾਲ ਹੁਕਮ ਵੀ ਕਰਦੇ ਨੇ ਕਿ ਆ ਕੇ ਸੰਗ ਅਸਥਾਨ 'ਤੇ ਆਉਣਾ ਹੈ। ਉਹਨਾਂ ਦੇ ਪਿਆਰ ਦੀ ਬਦੌਲਤ ਆਪ ਤੁਹਾਡੇ ਸਾਰੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਹੁੰਦੇ ਨੇ, ਸਤਿਗੁਰਾਂ ਦੇ ਦਰਬਾਰ ਦੇ ਦਰਸ਼ਨ ਦਿਦਾਰੇ ਹੁੰਦੇ ਨੇ। ਗੁਰੂ ਪਿਆਰੇ ਕੀਰਤਨੀਏ, ਸੰਗਤ ਵਿੱਚ ਬਹੁਤ ਸ਼ਖਸੀਅਤਾਂ, ਸਤਿਕਾਰਯੋਗ ਗਿਆਨੀ ਸਾਹਿਬ ਸਿੰਘ ਜੀ ਔਰ ਮਹਾਂਪੁਰਖ, ਬਹੁਤ ਸ਼ਖਸੀਅਤਾਂ ਬੈਠੀਆਂ ਨੇ। ਗੁਰੂ ਪਿਆਰੇ ਕੀਰਤਨੀਆਂ ਨੇ ਕੀਰਤਨ ਆਪ ਜੀ ਨੂੰ ਸ਼ਰਵਣ ਕਰਾਉਣਾ ਹੈ, ਤਾਂ ਦਾਸ ਦੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ, ਹਾਜ਼ਰੀ ਪ੍ਰਵਾਨ ਕਰਦੇ ਹੋਏ ਪਿਆਰ ਸਹਿਤ ਫਤਿਹ ਗਜਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।